ਵਾਹਿਗੁਰੂ ਜੀ, ਮੈਂ ਰਮਨਦੀਪ ਸਿੰਘ ਖੇਤੀ ਖਬਰ ਵਿੱਚ ਤੇ ਟਰੈਕਟਰ ਮੇਲਾ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜੀ। ਅੱਜ ਦੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਹੈ ਜੀ। ਅੱਜ ਅਸੀਂ ਉਹਨਾਂ ਵੀਰਾਂ ਲਈ ਵਾਹਣ ਲੈ ਕੇ ਆਏ ਹਾਂ ਜਿਹੜੇ ਵੀਰ ਕਹਿੰਦੇ ਜੀ ਸਾਨੂੰ ਵਧੀਆ ਜ਼ਮੀਨ ਚਾਹੀਦੀ ਹੈ, ਵਿੱਚ ਵਧੀਆ ਪਾਣੀ ਦਾ ਸਾਧਨ ਚਾਹੀਦਾ, ਇੱਕ ਵਧੀਆ ਟੱਕ ਹੋਵੇ, ਵਿੱਚ ਵਧੀਆ ਪਾਣੀ ਦਾ ਸਾਧਨ ਹੋਵੇ, ਮਾਹੌਲ ਆਸੇ ਪਾਸੇ ਦਾ ਬਹੁਤ ਘੈਂਟ ਹੋਵੇ, ਵਾਹਣ ਜਿਹੜਾ ਵਧੀਆ ਹਨਾ ਲੱਗਦਾ ਹੋਵੇ, ਕਿਸੇ ਨਾਲ ਰੌਲਾ ਨਾ ਕੌਲਾ, ਕੋਈ ਵਧੀਆ ਵਾਹਣ ਚਾਹੀਦਾ ਯਾਰ, ਵੀ ਵਧੀਆ ਕਮਾਈ ਹੋ ਸਕੇ ਵਾਹਣ ਦੇ ਵਿੱਚ, ਉਹੀ ਜਿਹਾ ਵਾਹਣ ਲੈ ਕੇ ਹਾਜ਼ਰ ਹੋ ਚੁੱਕੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇਕਰ ਤੁਸੀਂ ਵੀ ਕੋਈ ਐਡ ਸਾਡੇ ਚੈਨਲ ਤੇ ਕਰਾਉਣਾ ਚਾਹੁੰਦੇ ਹੋ। ਠੀਕ ਹੈ ਜੀ, ਸਾਡੇ ਚੈਨਲ ਤੇ ਐਡ ਕਰਵਾਉਣ ਲਈ ਤੁਸੀਂ ਫੋਨ ਨੂੰ ਟੇਢਾ ਕਰਕੇ, ਜਿਸ ਤਰ੍ਹਾਂ ਇਹ ਵੀਡੀਓ ਬਣੀ ਹੋਈ ਹੈ, ਆਪਣੀ ਖੇਤ ਦੀ ਵੀਡੀਓ ਬਣਾ ਕੇ ਭੇਜਣੀ ਹੈ ਜਿਹੜਾ ਤੁਸੀਂ ਸੇਲ ਕਰਨਾ। ਖੇਤ ਵਿੱਚ ਪਾਣੀ ਦਾ ਸਾਧਨ ਕੀ ਹੈ, ਖੇਤ ਨੂੰ ਪਹੀ ਕਹੀ ਜੀ ਜਾਂਦੀ ਹੈ, ਤੁਹਾਡਾ ਖੇਤ ਕਿਹਦੇ ਨਾਲ ਸਾਂਝਾ ਕਿ ਨਹੀਂ ਸਾਂਝਾ, ਤਕਸੀਮ ਟੱਕ ਹੈ ਕਿ ਇਹ ਚੀਜ਼, ਤੁਹਾਡੇ ਪਾਣੀ ਦਾ ਲੈਵਲ ਕਿਹੋ ਜਿਹਾ, ਪਾਣੀ ਕਿੰਨੇ ਨੰਬਰ ਹੈ ਤੁਹਾਡਾ, ਪਾਣੀ ਵਿੱਚ ਨਹਿਰ ਦੇ ਖਾਲ ਦੀ ਸੁਵਿਧਾ ਕਿਹੋ ਜਿਹੀ ਹੈ, ਨਹਿਰੀ ਪਾਣੀ ਹੈਗਾ ਕਿ ਨਹੀਂ, ਇਹ ਸਾਰੀਆਂ ਚੀਜ਼ਾਂ ਤੁਸੀਂ ਦੱਸ ਕੇ ਸਾਨੂੰ ਨੋਟ ਕਰਵਾ ਦੇਣੀਆਂ WhatsApp ਨੰਬਰ ਤੇ, ਉਦੋਂ ਬਾਅਦ ਤੁਹਾਡੀ ਐਡ ਅਸੀਂ ਆਪਦੇ ਚੈਨਲ ਤੇ ਲਾ ਦੇਵਾਂਗੇ ਜੀ। ਦੂਜੀ ਤੁਹਾਨੂੰ ਗੱਲ ਦੱਸ ਦਈਏ ਕਿ ਜਿੰਨੇ ਵੀ ਡੀਲਰ ਭਰਾ ਆਪਣੇ ਹਨਾ ਪੰਜਾਬ ਵਿੱਚ, ਹਰਿਆਣਾ ਵਿੱਚ, ਰਾਜਸਥਾਨ ਵਿੱਚ ਬੈਠੇ ਨੇ, ਉਹ ਸਾਰੇ ਵੀਰਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਾਨੂੰ ਤੁਸੀਂ ਐਡ ਭੇਜ ਸਕਦੇ ਹੋ। ਅਸੀਂ ਸਾਰੇ ਡੀਲਰਾਂ ਲਈ ਆਫਰ ਕੀਤਾ ਹੋਇਆ, 1 ਮਹੀਨੇ ਲਈ ਸਾਰੇ ਡੀਲਰਾਂ ਭਰਾਵਾਂ ਦੀ ਐਡ ਬਿਲਕੁਲ ਫ੍ਰੀ ਅਸੀਂ ਆਪਣੇ ਚੈਨਲ ਤੇ, ਆਪਦੇ ਪਲੇਟਫਾਰਮ ਤੇ ਕਰਨ ਜਾ ਰਹੇ ਹਾਂ, ਤਾਂ ਸਾਰਿਆਂ ਲਈ ਬਿਲਕੁਲ ਫ੍ਰੀ ਹੈ। ਕਿਸਾਨ ਵੀਰਾਂ ਲਈ ਐਡ ਹਮੇਸ਼ਾ ਫ੍ਰੀ ਰੱਖੀ ਗਈ ਹੈ, ਡੀਲਰ ਭਰਾਵਾਂ ਲਈ 1 ਮਹੀਨੇ ਲਈ ਅਸੀਂ ਫ੍ਰੀ ਕਰ ਦਿੱਤਾ ਗਿਆ, ਕਿਸੇ ਵੀ ਡੀਲਰ ਨੇ ਐਡ ਭੇਜਣੀ ਸਾਡੇ ਤੋਂ ਕਰਵਾ ਸਕਦਾ ਜੀ। ਠੀਕ ਹੈ ਜੀ, ਹੁਣ ਵੱਧਦੇ ਹਾਂ ਆਪਾਂ ਮੇਨ ਵੀਡੀਓ ਵੱਲ। ਸਾਡਾ ਨੰਬਰ ਤੁਸੀਂ ਥੱਲੇ ਫਲੈਸ਼ ਕਰ ਦਿੱਤਾ ਹੈ ਜੀ, ਤੇ ਐਡ ਭੇਜਣੀ ਹੈ ਜੀ, ਤੇ ਕਿਤੇ ਕੰਟੈਕਟ ਕਰਕੇ ਹੋਰ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ। ਠੀਕ ਹੈ, ਹੁਣ ਵੱਧਦੇ ਆਪਾਂ ਮੇਨ ਵੀਡੀਓ ਵੱਲ, ਜਿਹਦੇ ਕਰਕੇ ਆਪਾਂ ਤੁਹਾਡੇ ਨਾਲ ਇਹ ਵੀਡੀਓ ਸਟਾਰਟ ਕੀਤੀ ਜੀ। ਜ਼ਮੀਨ ਆਈ ਹੈ ਆਪਣੇ ਕੋਲ, ਟੌਪ ਦੀ ਜ਼ਮੀਨ ਹੈ, 16 ਕਿੱਲੇ ਜ਼ਮੀਨ ਆਈ ਹੈ ਜੀ ਆਪਣੇ ਕੋਲ, 16 ਕਿੱਲੇ ਜ਼ਮੀਨ ਹੈ, ਵਿੱਚ ਦੋ ਮੋਟਰਾਂ ਲੱਗੀਆਂ, ਯਾਨੀ ਕਿ 8-8 ਕਿੱਲਿਆਂ ਦੇ ਉੱਪਰ ਦੋ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ। ਵਾਹਣ ਦੀ ਗੱਲ ਕਰੀਏ, ਵਾਹਣ ਬਿਲਕੁਲ ਟੌਪ ਹੈ ਜੀ, ਕਿਸੇ ਵੀ ਤਰ੍ਹਾਂ ਦੀ ਫਸਲ ਹੋ ਜਾਂਦੀ ਹੈ, ਸਾਰੇ ਵਾਹਣ ਵਿੱਚ ਝੋਨਾ ਲੱਗਦਾ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਨਹਿਰੀ ਖਾਲ, ਨਹਿਰ ਦਾ ਪਾਣੀ, ਹਰ ਇੱਕ ਤਰ੍ਹਾਂ ਦੀ ਸੁਵਿਧਾ, ਉੱਚਾ ਪਾਣੀ ਹੈ, ਬਿਲਕੁਲ ਮਿੱਠਾ ਪਾਣੀ ਤੁਹਾਨੂੰ ਮਿਲੂਗਾ, ਕਿਸੇ ਨਾਲ ਕੋਈ ਸਾਂਝੀਗਿਰੀ ਨਹੀਂ, ਬਿਲਕੁਲ ਵਧੀਆ ਹਨਾ ਜੀ। ਤੇ ਪਹੀ ਵਾਲਾ ਬਿਲਕੁਲ ਝੰਜਟੀ ਖਤਮ ਹੈ, ਕਿਉਂਕਿ ਦੋਨੇ ਪਾਸੋਂ ਵਾਹਣ ਹੈ ਜਿਹੜਾ ਰੋਡ ਦੇ ਉੱਪਰ ਲੱਗਦਾ, ਇੱਕ ਪਾਸੇ ਲਿੰਕ ਰੋਡ ਦੇ ਉੱਪਰ ਲੱਗਦੇ ਨੇ 2 ਕਿੱਲੇ, ਇੱਕ ਪਾਸੇ ਜਿਹੜਾ GT ਰੋਡ ਉੱਪਰ ਲੱਗਦਾ, ਵਾਹਣ 5 ਕਿੱਲਿਆਂ ਦਾ ਫਰੰਟ ਮੰਗੂ, ਤੇ ਟੋਟਲ 7 ਕਿੱਲਿਆਂ ਦਾ ਫਰੰਟ ਮੰਗੂ, ਤਾਂ ਰੋਡ ਦੇ ਉੱਪਰ ਹੀ ਵਾਹਣ ਲੱਗ ਜਾਂਦਾ। ਵਧੀਆ ਵਾਹਣ ਹੈ, ਵਧੀਆ ਏਰੀਆ, ਤੇ ਸੋਹਣੇ ਮਤਲਬ ਕਿ ਇਹ ਟੱਕ ਬਣਿਆ ਹੋਇਆ, ਵਧੀਆ ਪਾਣੀ ਦਾ ਸਾਧਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਦੋ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ, ਕੱਲਿਆਂ ਦੀਆਂ ਦੋ ਮੋਟਰਾਂ ਹੈ ਜੀ, ਬਿਲਕੁਲ ਕਿਸੇ ਨਾਲ ਕੋਈ ਸਾਂਝਾ ਨਹੀਂ, ਕਿਸੇ ਨੂੰ ਆਪਾਂ ਕੋਈ ਬਾਰੀ ਨਹੀਂ ਦੇਣੀ ਹਨਾ, ਬਿਲਕੁਲ ਕੱਲਿਆਂ ਨੇ ਤੁਸੀਂ ਵਰਤਣੀਆਂ ਨੇ, ਕੱਲਿਆਂ ਨੇ ਤੁਸੀਂ ਵਾਹਣ ਪਾਲਣਾ ਹੈ, ਤੇ ਤੁਸੀਂ ਇੱਥੇ ਆਪਦਾ ਜਾ ਕੇ ਫਾਰਮ ਹਾਊਸ ਵਗੈਰਾ ਵੀ ਬਣਾ ਸਕਦੇ ਹੋ, ਰਹਿ ਸਕਦੇ ਹੋ, ਬਾਕੀ ਤੁਸੀਂ ਜ਼ਮੀਨ ਬਿਲਕੁਲ ਟੌਪ ਦੀ ਆ, ਮੌਕੇ ਦੀ ਆ, ਇਨਵੈਸਟਿੰਗ ਵਾਲੀ ਜ਼ਮੀਨ ਆ ਹਨਾ, ਫਿਊਚਰ 'ਚ ਰੇਟ ਵੀ ਬਹੁਤ ਸੋਹਣੇ ਹੋਣ ਵਾਲੇ ਨੇ, ਕਿਸਾਨ ਵੀਰ ਤੇ ਹੋਰ ਵੀ ਡੀਲਰ ਤੁਸੀਂ ਦੇਖੋ ਜਾਂ ਬਾਣੀਆਂ ਭਾਈਚਾਰਾ ਹਨਾ, ਸਾਰੇ ਹੀ ਜ਼ਮੀਨਾਂ ਵੱਲ ਭੱਜ ਰਹੇ ਨੇ, ਤਾਂ ਕਰਕੇ ਬਹੁਤ ਵਧੀਆ ਆਫਰ ਤੁਹਾਡੇ ਲਈ ਲੈ ਕੇ ਆਏ ਹਾਂ। ਏਰੀਆ ਦੀ ਗੱਲ ਕਰ ਲਈਏ ਤਾਂ ਏਰੀਆ ਹੈਗਾ ਜੀ ਅਬੋਹਰ ਏਰੀਆ ਜੀ, ਮਾਲਕ ਵੀਰਾਂ ਦੇ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਤੁਹਾਡੀ ਸਕਰੀਨ ਉੱਪਰ ਫਲੈਸ਼ ਕਰ ਦਿੱਤੇ ਗਏ ਨੇ, ਇਹਨਾਂ ਨੰਬਰਾਂ ਦੇ ਉੱਤੇ ਕਿਸੇ ਵੀ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਤੇ ਜ਼ਮੀਨ ਦਾ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ, ਬਿਲਕੁਲ ਵਧੀਆ ਓਕੇ ਕੰਡੀਸ਼ਨ ਦੀ ਜ਼ਮੀਨ ਹੈ। ਤੇ ਹੁਣ ਕਰ ਲੈਂਦੇ ਜੀ ਆਪਾਂ ਰੇਟ ਦੀ ਗੱਲ, ਰੇਟ ਦੀ ਗੱਲ ਕਰੀਏ ਤਾਂ ਰੇਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ 30 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਰੇਟ ਤੁਸੀਂ ਲੈ ਸਕਦੇ ਹੋ, ਬਾਕੀ ਰੇਟ ਜਿਹੜਾ ਮੌਕੇ ਦੇ ਉੱਪਰ ਉੱਪਰ ਨੀਚੇ ਹੋ ਸਕਦਾ, ਤੁਸੀਂ ਮੌਕੇ ਦੇ ਹਿਸਾਬ ਨਾਲ ਵਾਹਣ ਵਗੈਰਾ ਦਾ ਚੈੱਕ ਕਰਕੇ ਹਨਾ ਸਾਰੀ ਗੱਲਬਾਤ ਜੋ ਵੀ ਕਰਨੀ ਹੈ ਉਹ ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਬਾਕੀ ਤੁਸੀਂ ਆਨਲਾਈਨ ਕਿਸੇ ਵੀ ਤਰ੍ਹਾਂ ਪੈਸੇ ਦਾ ਲੈਣ ਦੇਣ ਨਹੀਂ ਕਰਨਾ, ਆਪਦਾ ਜਾ ਕੇ ਵਾਹਣ ਚੈੱਕ ਕਰੋ ਹਨਾ, ਜੇ ਤੁਹਾਨੂੰ ਵਧੀਆ ਲੱਗਦਾ ਆਪਦਾ ਦੇਖੋ, ਸਭ ਚੀਜ਼ ਚੈੱਕ ਕਰਨ ਤੋਂ ਬਾਅਦ ਤੁਸੀਂ ਇਹ ਜਿਹੜੀ ਡੀਲ ਹੈ ਤੁਸੀਂ ਡਨ ਕਰ ਸਕਦੇ ਹੋ ਜੀ। ਠੀਕ ਹੈ, ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਹੜੇ ਏਰੀਆ ਦੀ ਖਾਸ ਜ਼ਮੀਨ ਤੁਸੀਂ ਆਪਣੇ ਲਈ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟਾਂ ਵਿੱਚ ਪਾ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਏਰੀਆ ਦੀ ਜ਼ਮੀਨ ਅਸੀਂ ਜਲਦੀ ਤੋਂ ਜਲਦੀ ਲੈ ਕੇ ਆ ਸਕੀਏ। ਸਾਡੇ ਕੋਲ ਬਹੁਤ ਸਾਰੀਆਂ ਜ਼ਮੀਨਾਂ, ਪੰਜਾਬ, ਹਰਿਆਣਾ, ਰਾਜਸਥਾਨ, ਜਿੱਥੇ ਵੀ ਆਪਣਾ ਕਿਸਾਨ ਵੀਰ ਬੈਠਾ ਉੱਥੋਂ ਦੀਆਂ ਜ਼ਮੀਨਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ, ਤੇ
ਜਿਹੜੀ ਜ਼ਮੀਨ ਤੁਸੀਂ ਭਾਲ ਕਰਨ ਰਹੇ ਹੋ ਉਹ ਸਾਡੇ ਕੋਲ ਆ ਚੁੱਕੀ ਹੈ। ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣਾ ਵੀ ਸਾਨੂੰ ਆਹ ਏਰੀਆ ਜ਼ਮੀਨ ਚਾਹੀਦੀ ਹੈ, ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆਂਗੇ। ਅਤੇ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਲਿਓ, ਪੇਜ ਨੂੰ ਫੋਲੋ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਇਸੇ ਤਰ੍ਹਾਂ ਦੀ ਹੋਰ ਖੈਰ ਨਵੀਂ ਵੀਡੀਓ ਨਾਲ, ਤਬ ਤੱਕ ਜੀ ਰੱਖ ਸਰ।